ਜੀ ਉੱਥੇ ਹੱਥਾਂ ਦੀ ਲਾਜ ਰੱਖ ਲਈ। ਲੋਕ ਕੈਸੇ ਬਦਕਿਸਮਤ ਲੋਕ ਨੇ ਜਿਹੜੇ ਤਹਿਕੀਕ ਕਰਦੇ ਨੇ ਕਿ ਜੀ ਨਬੀ ਖਤਮ ਹੋ ਗਿਆ, ਅੱਲਾ ਮਾਫ਼ ਕਰੇ, ਅੱਲਾ ਮਾਫ਼ ਕਰੇ। ਅੱਲਾ ਪਾਕ ਨੇ ਆਪਣੇ ਮਹਿਬੂਬ ਨੂੰ ਉਹ ਸ਼ਾਨ ਅਤਾ ਕੀਤੀ ਹੈ। ਇਮਾਮ ਬਸੀਰੀ ਆਪ ਨਾਤ ਲਿਖਦੇ ਵੀ ਸਨ, ਪੜ੍ਹਦੇ ਵੀ ਸਨ, ਹੈ। ਤਿੰਨ ਦਿਨ ਤਬੀਅਤ ਅਲੀਲ ਰਹੀ ਹੈ, ਸੱਜੇ ਬਾਜ਼ੂ 'ਤੇ ਫਾਲੇ ਦਾ ਅਟੈਕ ਹੋ ਗਿਆ। ਫਾਲੇ ਦਾ ਅਟੈਕ ਹੋਇਆ, ਤਿੰਨ ਦਿਨ ਨਾਤ ਨਹੀਂ ਲਿਖੀ ਗਈ ਅਤੇ ਮੇਰੇ ਨਬੀ ਤਸ਼ਰੀਫ ਲੈ ਗਏ। ਆਪ ਤਸ਼ਰੀਫ ਲਏ ਨੇ, ਆਪਨੇ ਨਾਤ ਸੁਣੀ ਵੀ ਹੈ। ਅਤੇ ਇਮਾਮ ਬਸੀਰੀ ਕੀ ਕਹਿ ਰਹੇ ਨੇ ਜੀ, ਮੇਰਾ ਸੱਜਾ ਬਾਜ਼ੂ ਜਿਹੜਾ ਕੰਮ ਨਹੀਂ ਸੀ ਕਰਦਾ, ਸਰਕਾਰ ਨੇ ਨਾਤ ਵੀ ਸੁਣੀ, ਫਿਰ ਇਸ ਤਰ੍ਹਾਂ ਮੇਰੇ ਯਦੁੱਲਾ ਵਾਲਾ ਹੱਥ ਮੇਰੇ ਬਾਜ਼ੂ 'ਤੇ ਲਾਇਆ ਅਤੇ ਫਿਰ ਮੈਨੂੰ ਚਾਦਰ ਅਤਾ ਕੀਤੀ। ਯਾ ਫਰਮਾਉਂਦੇ ਕਿ ਮੈਂ ਸੁਬਹਾ ਉੱਠਿਆ ਅਤੇ ਚਾਦਰ ਵੀ ਮੇਰੇ ਕੋਲ ਸੀ ਅਤੇ ਉਹ ਬਾਜ਼ੂ ਜਿਹੜਾ ਫਾਲੇ ਦਾ ਅਟੈਕ ਹੋਇਆ ਅਤੇ ਕੰਮ ਨਹੀਂ ਸੀ ਕਰਦਾ ਪਿਆ, ਸਰਕਾਰ ਦਾ ਹੱਥ ਲੱਗਾ, ਉਹ ਕੰਮ ਵੀ ਕਰਨ ਲੱਗ ਗਿਆ। ਅੱਲਾ ਪਾਕ ਨੇ ਆਪਣੇ ਮਹਿਬੂਬ ਨੂੰ ਉਹ ਸ਼ਾਨਾ ਅਤਾ ਕੀਤੀਆਂ ਕਿ ਮਹਿਬੂਬ ਆ ਵੀ ਜਾਂਦੇ ਨੇ, ਧਿਆਨ ਵੀ ਰੱਖਦੇ ਨੇ, ਸੁਣਦੇ ਵੀ ਨੇ। ਇਹ ਸਾਡਾ ਅਕੀਦਾ ਹੈ ਕਿ ਅੱਜ ਦੀ ਆਦਰੀ ਵੀ ਲੱਗਦੀ ਪਈ।